ਪੰਚਾਇਤੀ ਜ਼ਮੀਨ ਨੂੰ ਲੈ ਕੇ ਇਸ ਮਹਿਲਾ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ। ਇਸ ਵਿਧਵਾ ਮਹਿਲਾ ਨੇ ਠੇਕੇ ਤੇ ਪੰਚਾਇਤੀ ਜ਼ਮੀਨ ਲਈ ਹੈ। ਜ਼ਮੀਨ ਲੈਣ ਤੋਂ ਬਾਅਦ ਹੁਣ ਮਹਿਲਾ ਨੂੰ ਨੌਜਵਾਨ ਧਮਕੀਆਂ ਦੇ ਰਹੇ ਨੇ ਤੇ ਇਸ ਮਹਿਲਾ ਦੇ ਘਰ ਦੇ ਵਿੱਚ ਆ ਕੇ ਇੱਟਾਂ ਪੱਥਰ ਵੀ ਨੌਜਵਾਨਾਂ ਵੱਲੋਂ ਚਲਾਏ ਗਏ ਨੇ। ਦਰਅਸਲ ਇਹ ਮਾਮਲਾ ਫਰੀਦਕੋਟ ਦੇ ਪਿੰਡ ਦਾਣਾ ਰੋਮਾਣਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਵਿਧਵਾ ਮਹਿਲਾ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਚੋਂ ਕੁਝ ਕੈਨਾਲ ਠੇਕੇ ਤੇ ਲਏ ਗਏ ਨੇ, ਜਿਸ ਦੀ ਬਕਾਇਦਾ ਗੁਰਦੁਆਰਾ ਸਾਹਿਬ ਦੇ ਵਿੱਚ ਬੋਲੀ ਹੋਈ ਅਤੇ ਇਸ ਜ਼ਮੀਨ ਦੇ ਫੀਸ ਵੀ ਜਮ੍ਹਾਂ ਕਰਵਾਈ ਗਈ। ਪਰ ਦੂਜੇ ਪਾਸੇ ਇਸ ਜ਼ਮੀਨ ਤੇ ਪਹਿਲਾਂ ਤੋਂ ਹੀ ਵਾਹੀ ਕਰ ਰਹੇ ਕੁਝ ਲੋਕਾਂ ਵੱਲੋਂ ਨਾ ਤਾਂ ਜ਼ਮੀਨ ਖਾਲੀ ਕੀਤੀ ਗਈ ਹੈ, ਉਲਟਾ ਮਹਿਲਾ ਤੇ ਉਸਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਮਹਿਲਾ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ, ਪਰ ਹਾਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉੱਥੇ ਦੂਜੇ ਪਾਸੇ ਜਿਹੜੇ ਲੋਕ ਇਸ ਜ਼ਮੀਨ ਤੇ ਵਾਹੀ ਕਰ ਰਹੇ ਨੇ, ਉਹਨਾਂ ਨੌਜਵਾਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਬਣਾ ਕੇ ਸ਼ਰੇਆਮ ਪੋਸਟ ਕੀਤੀ ਗਈ ਹੈ, ਜਿਸ ਦੇ ਵਿੱਚ ਇਹ ਨੌਜਵਾਨ ਤੇਜ਼ ਧਾਰ ਹਥਿਆਰ ਲਹਿਰਾਉਂਦੇ ਨਜ਼ਰ ਆ ਰਹੇ ਨੇ ਅਤੇ ਅਸਿੱਧੇ ਤੌਰ ਤੇ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ। ਪੀੜਤ ਮਹਿਲਾ ਨੇ ਮੀਡੀਆ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਇੱਕ ਵਾਰ ਇਹਨਾਂ ਲੋਕਾਂ ਵੱਲੋਂ ਉਸਦੇ ਘਰ ਤੇ ਵੀ ਹਮਲਾ ਕੀਤਾ ਗਿਆ ਸੀ, ਜਿਸ 'ਚ ਇੱਟਾਂ ਰੋੜੇ ਚਲਾਏ ਗਏ ਸਨ, ਪਰ ਉਸ ਵੇਲੇ ਉਹ ਘਰ ਦੇ ਵਿੱਚ ਨਹੀਂ ਸਨ, ਜਿਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ। ਮਹਿਲਾ ਨੇ ਕਿਹਾ ਕਿ ਪੁਲਿਸ ਤੋਂ ਇਲਾਵਾ ਉਸ ਵੱਲੋਂ ਪੰਚਾਇਤ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸੰਬੰਧ ਦੇ ਵਿੱਚ DSP ਸ਼ਮਸ਼ੇਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਧਿਆਨ ਦੇ ਵਿੱਚ ਇਹ ਵੀਡੀਓ ਆਈ ਹੈ, ਜਿਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਵੱਲੋਂ ਇਹ ਵੀਡੀਓ ਅਪਲੋਡ ਕੀਤੀ ਗਈ ਹੈ, ਜਿਸ ਨੂੰ ਲੈ ਕੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜ਼ਮੀਨ ਦੇ ਵਿਵਾਦ ਸੰਬੰਧੀ ਮਾਲ ਵਿਭਾਗ ਕੋਈ ਫੈਸਲਾ ਲੈ ਸਕਦਾ ਹੈ। ਜ਼ਮੀਨ ਲਈ ਸੀਗੀ ਸਰਕਾਰੀ ਬੋਲੀ ਤੇ ਲਈ, ਸਰਕਾਰੀ ਬੋਲੀ ਹੋਈ, ਗੁਰਦੁਆਰੇ ਬੋਲੀ ਹੋਈ, ਉੱਥੋਂ ਅਸੀਂ ਜ਼ਮੀਨ ਲਈ। ਹਾਂਜੀ, ਜ਼ਮੀਨ ਤਾਂ ਕਨਾਲ ਡੇਢ ਕਨਾਲ ਦੱਸਦੇ ਆ ਜੀ, ਪਰ ਸਾਨੂੰ 15 ਮਰਲਿਆਂ ਦੀ ਰਸੀਦ ਕੱਟ ਕੇ ਦੇ ਦਿੱਤੀ। ਅਸੀਂ 2500 ਭਰੇ। ਆਪਦੀ ਬੋਲੀ ਕਰਕੇ ਠੇਕਾ ਫੜ ਚੁੱਕੇ ਆ ਜੀ, ਹੁਣ ਸਾਨੂੰ ਕੋਈ ਨੀ ਸੁਣਵਾਈ ਨੀ ਹੁੰਦੇ। ਹਾਂਜੀ ਹਾਂਜੀ, ਬਹੁਤ ਕੀਤੀ ਹੈ ਜੀ, ਮੈਂਬਰ ਪੰਚਾਇਤਾਂ ਨੂੰ ਵੀ ਪਤਾ ਜੀ, ਸਾਰਿਆਂ ਨੂੰ ਸਾਰਾ ਕੁਛ ਸਾਰਿਆਂ ਨੂੰ ਦੱਸਿਆ ਹੋਇਆ ਜੀ। 3 ਵਾਰੀ DC ਕੋਲੇ ਜਾ ਆਏ ਆ ਜੀ, ਮੁਲਾਜ਼ਮਾਂ ਨੂੰ ਵੀ ਸਾਰੀ ਪਤਾ ਜੀ। ਫਿਰ ਸਾਨੂੰ ਧੱਕੇ ਵੀ ਮਾਰੇ ਗਏ ਆ, ਜਦੋਂ ਅਸੀਂ ਖਾਲੀ ਕਰਕੇ ਤੇ ਦੂਰੀ ਵਾਰ ਫਿਰ ਕਬਜ਼ਾ ਨਹੀਂ ਛੱਡ ਦਿੱਤਾ। ਇਹ ਸਮਝ ਨਹੀਂ ਆ ਰਹੀ ਜੀ ਵੀ ਤੰਗ ਕਿਉਂ ਕਰ ਰਹੇ ਆ, ਜ਼ਮੀਨ ਨਹੀਂ ਛੱਡਣਾ ਚਾਹੁੰਦੇ ਹੋ, ਇਹੀ ਮਸਲਾ ਹੋਣਾ ਜੀ। ਸਾਡੇ ਨੂੰ ਕੋਈ ਵੈਰ ਕੱਢ ਰਹੇ ਆ, ਮੇਰੇ ਬੱਚਿਆਂ ਦੇ ਖੱਤ ਪਏ ਹੋਏ ਆ, ਮੇਰਾ ਸਿਰ ਤੇ ਬੰਦਾ ਵੀ ਹੈ। ਠੀਕ ਹੈ ਜੀ, ਉਹ ਤਾਂ ਧਮਕੀਆਂ ਬਹੁਤ ਦਿੰਦੇ ਜੀ, ਸਿੱਧੇ ਘਰ ਹੀ ਆ ਗਏ ਸਾਡੇ, ਇੱਟਾਂ ਰੋੜੇ ਚਲਾਏ, ਗਵਾਂਢ ਨੂੰ ਵੀ ਪੁੱਛਿਆ ਜਾ ਸਕਦਾ ਜੀ ਵੀ ਕਿਉਂ ਚਲਾਏ। ਠੀਕ ਹੈ ਜੀ, ਹੁਣ ਸਾਨੂੰ ਧਮਕੀਆਂ ਦਿੰਦੇ ਆ, ਹੁਣ ਵੀਰਵਾਰ ਵਾਲੇ ਦਿਨ ਸਿੱਧੇ ਘਰੇ ਆ ਗਏ।
ਸਾਡੇ ਘਰੇ ਆ ਕੇ ਕੋਈ ਨਹੀਂ ਮਿਲਿਆ ਜੀ ਉਹਨਾਂ ਨੂੰ, ਕੋਈ ਨਹੀਂ ਮਿਲਿਆ। ਤੇ ਸਾਡੀ ਮੇਰੀ ਮਾਤਾ ਸੀ, ਉਹਨਾਂ ਨੇ ਧੱਕੇ ਧੁੱਕੇ ਮਾਰ ਕੇ ਬਾਹਰ ਕੱਢ ਦਿੱਤੇ। ਤੁਹਾਡੇ ਘਰ ਚ ਕਿੰਨੇ ਮੈਂਬਰ? ਅਸੀਂ ਬਸ ਚਾਰ ਪੰਜ ਮੈਂਬਰ ਆ ਜੀ, ਮੇਰੀ ਸੱਸ ਇਕੱਲੀ, ਤਾਂ ਮੈਂ ਤੇ ਮੇਰੇ ਬੇਟਾ ਤੇ ਬੇਟੀ। ਨਹੀਂ ਜੀ, ਉਹਨਾਂ ਨੂੰ ਮਾਤਾ ਨੂੰ ਕਹਿੰਦੇ ਆ ਵੀ ਅਸੀਂ ਬੱਚੇ ਬਾਹਰ ਕੱਢੋ, ਅਸੀਂ ਦੇਖਣਾ ਉਹਨਾਂ ਨੂੰ, ਅਸੀਂ ਕੁੱਟਮਾਰ ਕਰਨੀ ਹੈ ਜਾਂ ਉਹਨਾਂ ਨਾਲ ਸਾਡਾ ਕੋਈ ਚੱਲਦਾ, ਬਸ ਉਹਨਾਂ ਨੇ ਇੱਦਾਂ ਕਿਹਾ। ਮੈਂ ਹੈ ਨਹੀਂ ਸੀ ਜਿਹੜੀ ਵੀਡੀਓ ਇੱਕ ਉਹਨਾਂ ਨੇ ਆਪਦੇ ਸੋਸ਼ਲ ਮੀਡੀਆ। ਹਾਂਜੀ ਹਾਂਜੀ ਪਾਈ ਹੈ। ਕੀ ਦਿਖਾਇਆ? ਉਹਦੇ ਵਿੱਚ ਹਥਿਆਰ ਦਿਖਾਏ ਗਏ ਆ ਜੀ, ਟੋਕੇ ਪੱਠੇ ਕੁੱਟਣ ਵਾਲਾ ਟੋਕਾ ਜੜਿਆ ਗਿਆ ਡਾਂਗ ਦੇ ਵਿੱਚ, ਠੀਕ ਹੈ ਜੀ, ਪੂਰਾ ਵਾਇਰਲ ਕੀਤੀ ਹੋਈ ਹੈ, ਤੁਸੀਂ ਆਪ ਵੀ ਦੇਖ ਸਕਦੇ ਹੋ। ਮਨਸ਼ਾ ਇਹ ਵੀ ਤੁਹਾਨੂੰ ਡਰਾਇਆ ਜੀ? ਹਾਂਜੀ, ਸਾਨੂੰ ਪੂਰੀ ਧਮਕੀ ਦਿੰਦੇ ਆ, ਡਰਾਉਂਦੇ ਆ ਜੀ। ਸਜ਼ਾ ਦੇ ਭਾਗੀਦਾਰ ਹੋਣਗੇ, ਕਿਉਂਕਿ ਜਦ ਇਸ ਤਰ੍ਹਾਂ ਦਾ ਵੀਡੀਓ ਕੀਤਾ ਜਾਂਦਾ ਸ਼ੋਰ ਸ਼ੋਰ ਸਜ਼ਾ ਹੋ ਜਾਂਦੀ ਹੈ, ਬਹੁਤ ਘੱਟ ਐਵੀਡੈਂਸ ਦੀ ਫਿਰ ਜ਼ਰੂਰਤ ਪੈਂਦੀ ਹੈ ਜੀ।